ਮਾਨਯੋਗ ਚੋਣ ਕਮਿਸ਼ਨ ਦੇ ਆਦੇਸ਼ਾਂ 'ਤੇ SDM ਫਗਵਾੜਾ ਜਸ਼ਨਜੀਤ ਸਿੰਘ ਦੀ ਰਹਿਨਮਾਈ ਹੇਠ ਵੋਟਰਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਪ੍ਰਸ਼ਾਸਨ ਵੱਲੋਂ ਜੈਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ ਰੋਡ ਫਗਵਾੜਾ ਤੋਂ ਵੋਟਰ ਜਾਗਰੂਕਤਾ ਰੈਲੀ ਕੱਢੀ ਗਈ। ਇਸ ਰੈਲੀ ਨੂੰ ਯੂਥ ਸਰਵਿਸਿਜ਼ ਦੇ ਅਸਿਸਟੈਂਟ ਡਾਇਰੈਕਟਰ ਜਸਪਾਲ ਸਿੰਘ, ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰਸ ਕਲੱਬ ਤੋਂ ਵਿਕਰਮ ਗੁਪਤਾ ਅਤੇ ਨਰੇਸ਼ ਕੋਹਲੀ ਨੇ ਸ਼ਿਰਕਤ ਕੀਤੀ, ਜਿਨ੍ਹਾਂ ਨੇ ਬੱਚਿਆਂ ਨੂੰ ਵੋਟ ਦੀ ਮਹੱਤਤਾ ਸੰਬੰਧੀ ਜਾਣੂ ਕਰਵਾਇਆ। ਇਸ ਮੌਕੇ ਗੱਲਬਾਤ ਕਰਦਿਆਂ ਹਰਜਿੰਦਰ ਗੋਗਣਾ ਅਤੇ ਨਰੇਸ਼ ਕੋਹਲੀ ਨੇ ਕਿਹਾ ਕਿ ਇਹ ਰੈਲੀ ਸਕੂਲ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਪ੍ਰਮੁੱਖ ਬਜ਼ਾਰਾਂ ਵਿੱਚੋਂ ਹੁੰਦੀ ਹੋਈ ਵਾਪਸ ਸਕੂਲ ਵਿਖੇ ਸਮਾਪਤ ਹੋਈ। ਇਸ ਦੌਰਾਨ ਬੱਚਿਆਂ ਨੇ ਵੀ ਹੱਥਾਂ ਵਿੱਚ ਬੈਨਰ ਦੇ ਤਖਤੀਆਂ ਫੜੀ ਵੋਟਰਾਂ ਨੂੰ ਵੋਟ ਪ੍ਰਤੀ ਜਾਗਰੂਕ ਕੀਤਾ। ਉਹਨਾਂ ਕਿਹਾ ਕਿ ਲੋਕਤੰਤਰ ਵਿੱਚ ਵੋਟ ਅਤੇ ਵੋਟਰ ਦੋਨੋਂ ਹੀ ਲਾਜ਼ਮੀ ਹਨ। ਉਹਨਾਂ ਸਮੂਹ ਵੋਟਰਾਂ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਜਾਗਰੂਕ ਕੀਤਾ ਤਾਂ ਜੋ ਦੇਸ਼ ਦਾ ਲੋਕਤੰਤਰ ਮਜ਼ਬੂਤ ਹੋ ਸਕੇ ਅਤੇ ਆਪਣੀ ਪਸੰਦ ਦੀ ਸਰਕਾਰ ਬਣਾ ਸਕੀਏ। ਲੋਕਤੰਤਰ ਵਿਵਸਥਾ ਦੁਨੀਆ ਦੀ ਸਭ ਤੋਂ ਸਰਵੋਤਮ ਵਿਵਸਥਾ ਹੈ ਔਰ ਇਸ ਵਿਵਸਥਾ ਦੇ ਵਿੱਚ ਵੋਟ ਜਾਂ ਮਤਦਾਨ ਸਭ ਤੋਂ ਮਹੱਤਵਪੂਰਨ ਹੈ। ਇਸ ਕਰਕੇ ਵੋਟ ਅਤੇ ਵੋਟਰ ਦੋਨੇ ਹੀ ਮਹੱਤਵਪੂਰਨ ਆ। 25 ਜਨਵਰੀ ਨੂੰ ਅਸੀਂ ਨੈਸ਼ਨਲ ਵੋਟਰਸ ਡੇ ਮਨਾਉਂਦੇ ਹਾਂ, ਲੇਕਿਨ ਹੁਣ ਇਸ ਵੇਲੇ ਲੋਕ ਸਭਾ ਇਲੈਕਸ਼ਨ ਦੇ ਦੌਰਾਨ ਬਹੁਤ ਸਾਰੀਆਂ ਐਕਟੀਵਿਟੀਜ਼ ਜਿਹੜੀਆਂ ਵਾ ਵੋਟਰਸ ਦੇ ਲਈ, ਵੋਟਰਸ ਨੂੰ ਜਾਗਰੂਕ ਕਰਨ ਦੇ ਲਈ ਬਹੁਤ ਸਾਰੀਆਂ ਐਕਟੀਵਿਟੀ ਚੱਲ ਰਹੀਆਂ, ਜਿਸ ਦੇ ਵਿੱਚੋਂ ਸਵੀਪ ਜਾਂ ਜਿੰਨੇ ਵੀ ਕਹੀਏ ਗੌਰਮੈਂਟ ਪ੍ਰਸ਼ਾਸਨਿਕ ਅਮਲਾ ਜਿਹੜਾ ਹੈ ਟੋਟਲੀ ਲੋਕਾਂ ਨੂੰ ਜਿਹੜਾ ਵਾ ਇਸ ਮਤਦਾਨ ਦੇ ਲਈ ਬੇਨਤੀ ਕਰਨ ਦੇ ਲਈ ਪੱਬਾਂ ਪਾਰ ਹੈ। ਤੋ ਅੱਜ ਅਸੀਂ ਸ਼੍ਰੀ ਮਹਾਂਵੀਰ ਜੈਨ ਮਾਡਲ ਸਕੂਲ ਦੇ ਵਿੱਚ ਇੱਕ ਰੈਲੀ ਦਾ ਆਯੋਜਨ ਕੀਤਾ ਲੋਕਾਂ ਦੀ ਜਾਗਰੂਕਤਾ ਦੇ ਲਈ। ਇਸ ਦੇ ਵਿੱਚ ਯੁਵਕ ਸੇਵਾਵਾਂ ਪੰਜਾਬ ਕਪੂਰਥਲਾ ਤੋਂ ਸਾਡੇ ਅਸਿਸਟੈਂਟ ਡਾਇਰੈਕਟਰ ਜਸਪਾਲ ਜੀ ਵਿਸ਼ੇਸ਼ ਰੂਪ ਦੇ ਵਿੱਚ ਸਾਡੇ ਦਰਮਿਆਨ ਪਹੁੰਚੇ ਆ, ਔਰ ਸਵੀਪ ਐਕਟੀਵਿਟੀ ਨੋਡਲ ਇੰਚਾਰਜ ਸਾਡੇ ਰਜੇਸ਼ ਭਨੋਟ ਜੀ ਔਰ ਪ੍ਰਿੰਸੀਪਲ ਜਗਪਾਲ ਜੀ ਦੀ ਅਗਵਾਈ ਦੇ ਵਿੱਚ, ਇੱਥੋਂ ਦੇ ਸਕੂਲ ਦੇ ਲੋਕਲ ਨੋਡਲ ਅਫਸਰ ਸਰਬਤੇਜ ਜੀ ਦੀ ਅਗਵਾਈ ਦੇ ਵਿੱਚ ਇਹ ਰੈਲੀ ਜਿਹੜੀ ਹੈ, ਜਿਹਦੇ ਵਿੱਚ 200 ਦੇ ਕਰੀਬ ਬੱਚਿਆਂ ਨੇ ਜਿਹੜਾ ਹਿੱਸਾ ਲਿਆ। ਅਸੀਂ ਵੱਖ ਵੱਖ ਜਿਹੜੀ ਹੈ ਸ਼ਹਿਰ ਦੇ ਨਾਲ ਔਰ ਲੋਕੈਲਿਟੀ ਦੇ ਵਿੱਚ ਮੁਹੱਲਿਆਂ ਦੇ ਵਿੱਚ ਜਾ ਕੇ ਬੱਚਿਆਂ ਨੇ ਜਿਹੜਾ ਹੈ ਲੋਕਾਂ ਨੂੰ ਅਲੱਗ ਅਲੱਗ ਸਲੋਗਨ ਦੇ ਤਹਿਤ ਨਾਅਰੇ ਲਗਾਉਂਦੇ ਹੋਏ ਲੋਕਾਂ ਨੂੰ ਜਿਹੜੀ ਅਪੀਲ ਕੀਤੀ ਹੈ ਕਿ ਇਸ ਵਾਰ ਸਰਕਾਰ ਤਾਂ ਕਹਿੰਦੀ ਆ ਕਿ 70% ਮਤਦਾਨ ਜਿਹੜਾ ਹੋਣਾ ਚਾਹੀਦਾ, ਲੇਕਿਨ ਅਸੀਂ 100% ਟੀਚੇ ਨੂੰ ਲੈ ਕੇ ਬੱਚਿਆਂ ਨੇ ਜਿਹੜਾ ਲੋਕਾਂ ਨੂੰ ਅਪੀਲ ਕੀਤੀ ਆ। ਕਪੂਰਥਲਾ ਜੀ ਦੇ ਦਿਸ਼ਾ ਨਿਰਦੇਸ਼ ਅਤੇ ਸਰਦਾਰ ਜਸ਼ਨਜੀਤ ਸਿੰਘ SDM ਫਗਵਾੜਾ ਜੀ ਦੀ ਰਹਿਨਮਾਈ ਹੇਠ ਅੱਜ 15 ਮਈ ਨੂੰ ਸ਼੍ਰੀ ਮਹਾਂਵੀਰ ਜੈਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਇੱਕ ਰੈਲੀ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਉਚੇਚੇ ਤੌਰ 'ਤੇ ਜਸਪਾਲ ਸਿੰਘ ਜੀ, ਅਸਿਸਟੈਂਟ ਡਾਇਰੈਕਟਰ ਯੂਥ ਸਰਵਿਸ ਵਿਕਰਮ ਗੁਪਤਾ ਜੀ, ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰ ਕੈਂਪ, ਨਰੇਸ਼ ਕੋਹਲੀ ਜੀ ਹੈੱਡਮਾਸਟਰ ਸਾਹਿਬ, ਸਾਬਕਾ ਹੈੱਡਮਾਸਟਰ ਸਾਹਿਬ ਹਰਜਿੰਦਰ ਗੋਗਨਾ ਜੀ, ਸਾਬਕਾ ਲੈਕਚਰਾਰ ਫਿਜ਼ਿਕਸ ਇਸ ਰੈਲੀ ਵਿੱਚ ਹਾਜ਼ਰ ਹੋਏ। ਇਹ ਰੈਲੀ ਸ਼੍ਰੀ ਮਹਾਂਵੀਰ ਜੈਨ ਮਾਡਲ ਸਕੂਲ ਤੋਂ ਹੁੰਦੀ ਹੋਈ ਬਾਜ਼ਾਰਾਂ ਵਿੱਚ ਘੁੰਮਦੀ ਹੋਈ ਦੁਆਰਾ ਫਿਰ ਉੱਥੇ ਸ਼੍ਰੀ ਮਹਾਂਵੀਰ ਸਕੂਲ ਵਿੱਚ ਖਤਮ ਹੋਈ। ਇਸ ਵਿੱਚ ਤਕਰੀਬਨ 200 ਦੇ ਕਰੀਬ ਬੱਚਿਆਂ ਨੇ ਹਿੱਸਾ ਲਿਆ।